ਭੈਣ ਦਾ ਨਕੜਾ ਲਵੇ ਯਾਰ ਜਮਰਾਜ ਆ ਜਮਰਾਜ ਜਮਰਾਜ ਉਹੀ ਕੋਈ ਨਹੀਂ ਹੈਗਾ ਜਮਰਾਜ ਗੁਰੂ ਸਾਰੀ ਪਕਾਈ ਆ ਉਹੀ ਡਰਾ ਗਿਆ ਓਏ ਆਪਾ ਜਾਦੂ ਯਾਰ ਇਹ ਹੈਗਾ ਜੀ ਲੌਂਗੋਵਾਲ ਚ ਰਹਿੰਦਾਗਾ ਜ਼ਿਲ੍ਹੇ ਸੰਗਰੂਰ ਚ ਅੱਛਾ ਹਾਂਜੀ ਇਹਦੀ ਉਮਰ ਹੈਗੀ ਅੱਧਾ ਘੰਟਾ ਰਹਿ ਗਈ ਆਪਣੇ ਐਡੀਟਿੰਗ ਵਗੈਰਾ ਸਾਰੀ ਕਰਤੀ ਇਹਦੀ ਉਮਰ ਚੱਕ ਕੇ ਆਪਾਂ ਉਹ ਚ ਪਾਤੀ ਉਹਦੀ ਉਮਰ ਚੱਕ ਕੇ ਇਹ ਚ ਪਾਤੀ ਇਹ ਹੁਣ ਜਾਊਗਾ ਉਹ ਮਰ ਜਾਊਗਾ ਤੁਹਾਡੇ ਵਾਲਾ ਬੰਦਾ ਜਿਹੜਾ ਤੁਹਾਨੂੰ ਗਾਲਾਂ ਕੱਢਦਾ ਸੀਗਾ ਉਹ ਬੰਦਾ ਭੜੁੱਕਿਆ ਜਾਊਗਾ ਬਸ ਅੱਧੇ ਘੰਟੇ ਅੱਛਾ ਮਰ ਜਾਊਗਾ ਇੱਕ ਪਾਸੇ ਦਾ ਬੜੀ ਹੋਈ ਹੋਈ ਯਾਰ ਓਏ ਉਂਗਲੀਆਂ ਪਾਲੇ ਚ ਸਰਫ ਦੋ ਬੁੜੀਆਂ ਤਾਜ਼ੀਆਂ ਤਾਜ਼ੀਆਂ ਮਰੀਆਂ ਨੇ ਰਾਜਸਥਾਨ ਚੋਂ ਚੱਕ ਕੇ ਲਿਆਉਣੇ ਕਿੰਨੀ ਬਾਟਾ ਮਾੜਾ ਦੇਖੀ ਸਭ ਡਾਊਨ ਆ ਜੀ ਹੈਂ ਸਭ ਡਾਊਨ ਆ ਜੀ ਮੇਰੀ ਵਟਸਐਪ ਚੱਲਦੀ ਆ ਵਟਸਐਪ ਤੇ ਹੋਣੇ ਮੈਸੇਜ ਦੇਖੀ ਮਾੜਾ ਅੱਛਾ ਮੈਂ ਉਹ ਤਾਂ ਕਰ ਦਿੰਦਾ ਜੀ ਮੈਂ ਕਹਿੰਦਾ ਮੈਂ ਚਾਹ ਜੀ ਬਣਾ ਲਿਆ ਹੈਂ ਚਾਹ ਜੀ ਬਣਾ ਲਿਆ ਮੈਂ ਬਣਾਵਾਂ ਉਹ ਸਰੀਰ ਦੇ ਟੁੱਟੇ ਪਏ ਪਹਿਲਾਂ ਚਿੱਤਰਗੁਪਤਾ ਜਿਹੜਾ ਧਰਮਰਾਜ ਨੂੰ ਕੰਮ ਤੇ ਲਾ ਨਹੀਂ ਮੈਂ ਤੁਹਾਨੂੰ ਕੰਮ ਦੱਸੂਗਾ ਜੀ ਤਾਂ ਮੈਨੂੰ ਆਪ ਨੂੰ ਲੱਗਦਾ ਵੀ ਮੈਂ ਧਰਮਰਾਜ ਹਾਂ ਤਾਂ ਤੂੰ ਦੇਖ ਯਾਰ ਉਹਨੂੰ ਚੱਕ ਲੈ 2 ਵਜੇ ਤੋਂ ਪਹਿਲਾਂ ਫਿਰ ਮੁਸਕ ਜਾਣਗੀਆਂ ਉਹ ਆਪਾਂ ਲਾਸ਼ਾਂ ਚੱਕ ਥੋੜ੍ਹੀ ਲਾਉਣੀਆਂ ਨੇ ਜੀ ਉਹ ਲੈ ਕੇ ਆਉਣੀ ਰੂਹ ਲੈ ਕੇ ਆਉਣੀ ਆਪਾਂ ਨੇ ਉਹ ਰੂਹ ਵੀ ਮੈਂ ਫਰੈਸ਼ ਹੀ ਲਾਉਣਾ ਫਿਰ ਵੈਂਟੀਲੇਟਰ ਚਲਾਉਣੀ ਪੈਂਦੀ ਫਿਰ ਹੋਰ ਬਿੱਲ ਆਉਂਦਾ ਗਾ ਆਹੋ ਕਰਦੇ ਮਾੜਾ ਦੇਖ ਲੈ ਕੀ ਚ ਲੈ ਕੇ ਆਉਂਗੇ ਜੀਪ ਚ ਲੈ ਤੁਸੀਂ ਜੀਪ ਚੱਕ ਲਏ ਹੋਏ ਜੀਪ ਪੰਚਰ ਆਈ ਹੈਂ ਪੰਚਰ ਆਈ ਜੀਪ ਬਿਮਾਰ ਆ ਯਾਰ ਹਰਾ ਜਾ ਦਿਖਾ ਗਿਆ ਤੂੜੀ ਪਾਈ ਨਹੀਂ ਇਹਨਾਂ ਨੇ ਬੱਸ ਤੇ ਵਗ ਜਾ ਫਿਰ ਉਹ ਤਾਂ ਹੜਤਾਲ ਆਈ ਕੱਚੇ ਕੰਡਕਟਰ ਦੀ ਅੱਜ ਅੱਛਾ ਉਹਦੀ ਫਿਰ ਐ ਕਰ ਜੋ ਲੈ ਆਤਮਾ ਦਵਾਰੋਂ ਪਾ ਦੇ ਤੜਕੇ ਯਾਰ ਉਹਨੂੰ ਕੰਡਕਟਰ ਲਵਾ ਦਾਂਗੇ ਫਿਰ ਦੇਖ ਲਾਂਗੇ ਲਿਆ ਬਣਾ ਦੇ ਗਿਆ ਨਹੀਂ ਸਾਰੇ ਕੁੜੀਆਂ ਕਾੜੀਆਂ ਤਾਂ ਨਹੀਂ ਸੱਦੀਆਂ ਨਾ ਜੀ ਚਲ ਮੈਂ ਬਣਾਉਣਾ ਚਾਹ ਚਲ ਬਣਾ ਲਿਓ ਜੀ ਆਹੋ ਜਾਓ ਬਣਾਉਣ ਚਾਹ ਜੀ ਮੈਂ ਤਾਂ ਪਤੰਗ ਦੇਖਦਾ ਉਹ ਕੀ ਹਾਲ ਹੈ ਤੇਰਾ ਓਏ ਨਾਰ ਕਰੀਆ ਓਏ ਤੇਰਾ ਗਵਾਂਢੀ ਉਹ ਤੇਰਾ ਗਵਾਂਢੀ ਨਾਰ ਕਰੀਆ ਮਖਿਆ ਬਸ ਠੀਕ ਆ ਗਿਆ ਉਹ ਕਾਹਨੂੰ ਯਾਰ ਸਾਲੇ ਨੇ ਦੁਖੀ ਕਰ ਰੱਖਿਆ ਅੱਜ ਜ਼ਿਆਦਾ ਉਹਦੀ ਲੱਤ ਮੈਂ ਤੋੜੂ ਜਾਂ ਉਹ ਮੇਰੀ ਤੋੜੂ ਬਸ ਆ ਗਿਆ ਮੈਂ ਓਏ ਉਹ ਮਿੰਟੂ ਆ ਰਿਹਾ ਓਏ ਮੈਨੂੰ ਲੱਗਦਾ ਸਾਡੇ ਘਰਾਂ ਕੋ ਨਹੀਂ ਜਾ ਰਿਹਾ ਓਏ ਪਤੰਗ ਫੜ ਮੇਰੇ ਪਾਪੇ ਨੂੰ ਖੱਲੂ ਇਹ ਪਾਪੇ ਨੂੰ ਖੱਲੂ ਪਾਪੇ ਗੇਟ ਬੰਦ ਕਰ ਦੇ ਠੀਕ ਆ ਪਾਪੇ ਸਾਲੇ ਦਾ ਇਹ ਮਾਰੂ ਕਾਨਪੁਰ ਹੋ ਗਈ ਸੀ ਡੱਥੇ ਜੀ ਫਿਰ ਤਾਂ ਆਉਣ ਵਾਲੀ ਹੂ ਟਾਈਮ ਵੀ ਹੋਣਾ ਹੱਥ ਨੇ ਆਊਗਾ ਉਹ ਕਿਉਂ ਹੱਥ ਨੇ ਸਾਲਾ ਕਿਹੜਾ ਭੋਗ ਪੈਂਦਾ ਓਏ ਉਹ ਰਹੂਗਾ ਉੱਥੇ ਅੱਜ ਰਹੂਗਾ ਹਾਂ ਰਹੂਗਾ ਉਹ ਕਹਿੰਦਾ ਜੇ ਕੋਈ ਆਇਆ ਕਹਿੰਦਾ ਕਿਸੇ ਨੂੰ ਅੰਦਰ ਨਾ ਵਾੜੀ ਚੱਲ ਉਹਨੂੰ ਸੁਨੇਹਾ ਲਾ ਦੀ ਮੇਰਾ ਚੰਗਾ ਠੀਕ ਆ ਆਦੀ ਚਾਚਾ ਠੀਕ ਆ ਮੈਂ ਵੀ ਜਾਣਾ ਪਤੰਗ ਚੜਾਉਣਾ ਚਾਹ ਐ ਕਰਦਾ ਅੱਜ ਵਾਕ ਜੀ ਨੂੰ ਹੀ ਕਹਿ ਜਾਣਾ ਵੀ ਜਦੋਂ ਆ ਗਿਆ ਉਹਨੂੰ ਕਹਿ ਦੀ ਮੇਰੇ ਘਰੇ ਗੇੜਾ ਮਾਰਿਓ ਪਾਪੇ ਪਾਪੇ ਓਏ ਆ ਜਾ ਪਾਪੇ ਭੱਗ ਗਿਆ ਬੋਲਦਾ ਹੀ ਨਹੀਂ ਹਾਂ ਭੱਗ ਗਿਆ ਉਹ ਭੱਗ ਗਿਆ ਹਾਂ ਆਹੋ ਓਏ ਪੁਰਾ ਪੁਰਾ ਉਹ ਚਾਚੇ ਤੂੰ ਗਿਆ ਨਹੀਂ ਸੀ ਜੋੜ ਲੱਗੇ ਨਾਲ ਲੱਗ ਕੇ ਮੈਨੂੰ ਤੇਰਾ ਥਾਣੇ ਚ ਨਾ ਤਾਂ ਰੂਹ ਮਾਰੀ ਜਾ ਮਾਰੀ ਜਾ ਚੱਲ ਚੱਲ ਖਬਰਦਾਰ ਉਈ ਮਰ ਜਾ ਓਏ ਅੱਗ ਦੇ ਗੇੜ ਪਾ ਰਿਹਾ ਤੈਨੂੰ 2 ਸਾਲ ਹੋ ਗਏ ਖੜ ਜਾ ਪੌੜੀ ਮੈਂ ਆ ਪੌਣਾ ਮੈਂ ਆ ਪ
ਪਾਉਣਾ ਆ ਪਾਉਣਾ ਆ ਪਾਉਣਾ ਆ ਪਾਉਣਾ ਆ ਥੱਲੇ ਮੈਨੂੰ ਪਤਾ ਤੇਰੇ ਪੈਸੇ ਦੇ ਦੇਣੇ ਪੈਸੇ ਦੇ ਦੇਣੇ ਇੱਧਰ ਗੜਾ ਤੁਸੀਂ ਦਾ ਥੱਲੇ ਆ ਜਿਓ ਕਦੇ ਕਹਿਣਾ ਭੋਗਦੇ ਕਦੇ ਕਿਤੇ ਕੀ ਗੱਲਾਂ ਰਹੇ ਹੈ ਮੈਂ ਥੱਲੇ ਆਪਾਂ ਥੱਲੇ ਬਹਿ ਕੇ ਗੱਲ ਕਰ ਚੱਲ ਬੰਦੇ ਵਾਂਗੂ ਥੱਲੇ ਜਾ ਤੇਰੇ ਦੇਣੇ ਨੇ ਮੈਂ ਤੇਰੀ ਕੁਛ ਰਕਮ ਦੇ ਨਾ ਫਿਰ ਐਂ ਕਰਦੇ ਹੁੰਦੇ ਨੇ ਤੂੰ ਕੋਈ ਸਵਾਲ ਜਵਾਬ ਤਾਂ ਕਰੋ ਕਦੇ ਕਿਤੇ ਲੁਕ ਜਾਣਾ ਕਦੇ ਕਿਤੇ ਗਲਤੀਆਂ ਹੋ ਜਾਂਦੀਆਂ ਨੇ ਇਨਸਾਨਾਂ ਤੋਂ ਕੋਈ ਨਾ ਕੋਈ ਨਾ ਮੈਂ ਤਾਂ ਤਾਂ ਚੜ ਗਿਆ ਸੀ ਮਾਰਾ ਪੁੱਤ ਮਾਰਿਆ ਮਾਰੂ ਕੋਈ ਨਾ ਤੇਰੇ ਦੇਵਾਂਗੇ ਪੈਸੇ ਬਈ ਐ ਨੀ ਕੰਮ ਚੱਲਦਾ ਦੇਖ ਤੈਨੂੰ ਮੈਂ ਦੱਸਾਂ ਲੈ ਕੰਮ ਹੈ ਮੈਂ ਵੀ ਕਹਾਂ ਆਪਦਾ ਕੋਈ ਦੇਖਣਾ ਜਵਾਕਾਂ ਦਾ ਤੂੰ ਹੋਰ ਹੀ ਗੱਲਾਂ ਮਰੀ ਜਾਂਦਾ ਪਾਪੇ ਦੇ ਪੈਸੇ ਉਹ ਮੈਂ ਪੁੱਤ ਕਮੇਟੀ ਨਹੀਂ ਪੈਸੇ ਦੀ ਆਪਣੇ ਚੁੱਪ ਕਰ ਕਮੇਟੀ ਦੇ ਪੈਸੇ ਦੀ ਤੇਰੀ ਕਮੇਟੀ ਖਾਧੀ ਹੈ ਜਿਹੜੀ ਮੈਂ ਤੇਰੇ ਮੈਂ ਬੋਲ ਦੂੰ ਤੂੰ ਤਾਂ ਕੁਛ ਵੀ ਨਹੀਂ ਦਿੰਦਾ ਵਿਆਜ ਵੀ ਖੜਾ ਰਕਮ ਵੀ ਖੜੀ ਹੈ ਦਵਾਈ ਖੰਗ ਹੋ ਰਹੀ ਆ ਲੈ ਲੈ ਲਾ ਕੋਈ ਨਾ ਦੇ ਦਾਂਗੇ ਤੇਰੇ ਪੈਸੇ ਮੋੜਾਂਗੇ ਕੋਈ ਨਾ ਗੁੱਸਾ ਨਹੀਂ ਕਰੀ ਤੂੰ ਤਾਂ ਇਹਨੂੰ ਵੀ ਯਾਰ ਝੂਠ ਬੋਲਣ ਲਾ ਲਿਆ ਇਹ ਮੈਨੂੰ ਕਹਿੰਦਾ ਭੁਗਤੇ ਗਿਆ ਫਿਰਦਾ ਤੂੰ ਕੋਠੇ ਤੇ ਚੜਿਆ ਤੂੰ ਇਹ ਸਾਲੇ ਪਿਓ ਕੋ ਪਰ ਜਿਹੇ ਜੇ ਕੋਕੋ ਕਹਿੰਦਾ ਉਹ ਜੇ ਕੋਕੋ ਦੇ ਬੱਚੇ ਹੈ ਉਹੋ ਗੱਲ ਹੈ ਤਾਂ ਚੰਗੀਆਂ ਗੱਲਾਂ ਨਹੀਂ ਹੈਗੀਆਂ ਨਾ ਤੇਰੇ ਵਾਸਤੇ ਬਈ ਬਾਲਾ ਨਾ ਬੋਲ ਮੈਂ ਕੁਛ ਖਾ ਕੇ ਮਰ ਮਰ ਜਾਏਗਾ ਫਿਰ ਯਾਰ ਮੈਂ ਵੀ ਕਿੱਧਰ ਜਾਵਾਂ ਮੈਂ ਤਾਂ ਆਪ ਮਰਨ ਵਾਲਾ ਹੋ ਰਿਹਾਗਾ ਹਾਈਪਰ ਨਾ ਕਰ ਮੇਰੀ ਦਵਾਈ ਚੱਲ ਜਾ ਤੂੰ ਦੱਸੋ ਨਾ ਕਰ ਹਾਈਪਰ ਨਾ ਕਰ ਮੈਂ ਹਾਈਪਰ ਹੋ ਗਿਆ ਕੁਛ ਇੱਥੇ ਮੈਨੂੰ ਹੋ ਗਿਆ ਮੇਰਾ ਜਵਾਕ ਰੁੱਲ ਜੂ ਤੂੰ ਪੈਸੇ ਦੇ ਤੇ ਰੋਲ ਵਾਲੀ ਹੈ ਕੀ ਗੱਲ ਜਿਹੜੇ ਮੇਰੇ ਜਵਾਕ ਰੁੱਲਦੇ ਨੇ ਕਿੱਥੇ ਕਰਦੇ ਆ ਜੀ ਬਾਦ ਦਾੜੀ ਤੇਰਾ ਕੁਛ ਨਹੀਂ ਦੇਣਾ ਫਿਰ ਕਾਨੂੰਨ ਤੇ ਨਹੀਂ ਦਿੰਦਾ ਫਿਰ ਪੰਜਾਬ ਦੇ ਜਿੰਨੇ ਪੜੂ ਤੇ ਨਹੀਂ ਦਿੰਦਾ ਸਾਰਾ ਕੁਛ ਕਲੀਨ ਆ ਤੇਰਾ ਕੁਛ ਨਹੀਂ ਦੇਣਾ ਸੀ ਠੀਕ ਹੈ ਸਾਡੇ ਘਰੇ ਨਾ ਆਇਆ ਕਰ ਵੀਰੇ ਐ ਕਿਉਂ ਨਹੀਂ ਦੇਣਾ ਕਿਸੇ ਦਾ ਹੱਕ ਨਾ ਮਾਰਿਆ ਕਰੋ ਤੁਹਾਡੇ ਵਰਗੀ ਨਾ ਜਮਰਾਜ ਝੂਟੇ ਦੇ ਸਿੰਘਾਂ ਤੇ ਲੈ ਜਾਂਦਾ ਚੱਕ ਕੇ ਓ ਭੈਣ ਮਰਾ ਵੇ ਜਮਰਾਜ ਯਾਰ ਨੇ ਤੂੰ ਹਾਂ ਫਿਰ ਹਟਦੀ ਨਹੀਂ ਪਹਿਲਾ ਡੱਡਾ ਮਰਾ ਵੇ ਜਮਰਾਜ ਜਰਮੂਸ ਕਿਹੜਾ ਤੇਰਾ ਕੋਈ ਨਹੀਂ ਮਰਨਾ ਕੀ ਲੈ ਓ ਜਮਰਾਜ ਜਮਰੂਸ ਜਿਹੜਾ ਕੁਛ ਕਰ ਲੈ ਤੂੰ ਕਰ ਲੈ ਯਾਰ ਇੱਕ ਢੇਲਾ ਦੇ ਦਿੰਦੇ ਸੀ ਹਾਂ ਮੇਰੀ ਗੱਲ ਸੁਣ ਲੈ ਤੁਹਾਨੂੰ ਪਿਓ ਪੁੱਤਾਂ ਨੂੰ ਕੁੜੀ ਸੂ ਹੁਣ ਮੈਂ ਚਾਹ ਯਾਰ ਤੈਨੂੰ ਜਿਹੜਾ ਤੇਰਾ ਜਮਰਾਜ ਆ ਤੈਨੂੰ ਹੁਣ ਮੈਂ ਜਿਹੜਾ ਤੇਰਾ ਜਮਰਾਜ ਆ ਕਰ ਲੈ ਕੀ ਕਰਦਾ ਵੱਡਾ ਆ ਜਮਰਾਜ ਵਾਲਾ ਫੇਰ ਜਮਰਾਜ ਦੇ ਲਾਉ ਟੂਕੜੇ ਚ ਡਾਂਗਾ ਮੈਨੂੰ ਦੱਸੋ ਜਮਰਾਜ ਕੌਣ ਆ ਉਹ ਭੈਣ ਦਾ ਨਾਕੜਾ ਲਵੇ ਯਾਰ ਜਮਰਾਜ ਆ ਜਮਰਾਜ ਜਮਰਾਜ ਉਹੀ ਕੁਛ ਨਹੀਂ ਹੈਗਾ ਜਮਰਾਜ ਜਰੂ ਸਾਰੀ ਪਕਾਈ ਆ ਉਹੀ ਡਰਾ ਗਿਆ ਓਏ ਆਪਾ ਜਾਦੂ ਯਾਰ ਮੈਂ ਪਤੰਗ ਚੜਾ ਚੜਾ ਲੈ ਓਏ ਭੈਣ ਦੀ ਜਮਰਾਜ ਨਾ ਜਮਰਾਜ ਮੇਰਾ ਕੀ ਕਰਦੂ ਭੈਣ ਦੀ ਮਰਾ ਗਿਆ ਜਮਰਾਜ ਦੇ ਦੋ ਮਰੂ ਟੂਹੇ ਚੜਾਂਗਾ ਮੈਂ ਜਮਰਾਜ ਖੜ ਜੂ ਮੂਰੇ ਕਰਾਈ ਕਿਸ ਨੇ ਰਜਿਸਟ੍ਰੇਸ਼ਨ ਹੋਏ ਨਾ ਜੀ ਕੋਈ ਨਹੀਂ ਮਰਿਆ ਹਲੇ ਤੱਕ ਤਾਂ ਬਾਲਾ ਕੰਮ ਮੰਦਾ ਚੱਲ ਰਿਹਾ ਯਾਰ ਹਨਾ ਲੋਕੇਸ਼ਨ ਤੁਸੀਂ ਦੇਖੋ ਜੀ ਮਾੜੀ ਮੈਨੂੰ ਸੰਗਰੂਰ ਵਾਲੇ ਲੱਗਦੇ ਨੇ ਯਾਰ ਇਹ ਸੰਗਰੂਰ ਵਾਲੇ ਇੱਕ ਮਿੰਟ ਆਪੇ ਹੁਣ ਇਹ ਨਾਕੜੇ ਨੁਕੜੇ ਜੇ ਉੱਥੇ ਹੀ ਕਰਦੇ ਨੇ ਇਹ ਨਵੀਆਂ ਕੱਢਾਂ ਗਈਆਂ ਇਹ ਮੈਨੂੰ ਕਾਹਤੋਂ ਕੱਢ ਰਿਹਾ ਮੈਂ ਇਹਦਾ ਕੀ ਮਾੜਾ ਕਰਤਾ ਹੈ ਮੈਂ ਤਾਂ ਕਿਸੇ ਨੂੰ ਹੀ ਨਹੀਂ ਯਾਰ ਕੁਛ ਕਹਿੰਦਾ ਹੈਗਾ ਆਹ ਦੇਖੋ ਜੀ ਆਹ ਉਹ ਭਾਏ ਦਾ ਕਿਹੜਾ ਇਹ ਹੋਏ ਪੂਰੇ ਪਰਨੇ ਵਾਲਾ ਹੀ ਇਹ ਆਹ ਦੇਖੋ ਆਪਦਾ ਸੜ ਜਾ ਨਕੌੜਾ ਛੋਟਾ ਮੈਨੂੰ ਭੈਣ ਦੀ ਨਾਕੜਾ ਕਹਿੰਦਾ ਲੈ ਇਹ ਲੈ ਹਣਾ ਦੇਖੋ ਕਹੇ ਜੇ ਮੂੰਹ ਵਾਲਾ ਜੀ ਕਿਹੜਾ ਜਿਲਾ ਕਿਹੜਾ ਬੰਦੇ ਦਾ ਸੰਗਰੂਰ ਵਾਲੇ ਨੇ ਇਹ ਮੈਂ ਇਹਨਾਂ ਨੇ ਪਤਾ ਨਹੀਂ ਕੀ ਭਾਵਦਾ ਧਰਮਰਾਜ ਬਦਲੋ ਇਹਨਾਂ ਨੂੰ ਐਂ ਕਹਿ ਦਿਓ ਸਾਡੇ ਲਵੇ ਨਾ ਕਰੋ ਯਾਰ ਕੋਈ ਇਹਨਾਂ ਦਾ ਬੜਾ ਬੜਾ ਤਾਂ ਨਹੀਂ ਚੱਕ ਲਿਆ ਜੀ ਪਹਿਲਾਂ ਨਾ ਯਾਰ ਇਹਨਾਂ ਤਾਂ ਮੈਂ ਦੇਖਿਆ ਸਾਰੀ ਇਹਨਾਂ ਦੀ ਕਲੀਅਰ ਆ ਗਈ ਸਾਰੀ ਪਹਿਲਾਂ ਇਹਨਾਂ ਦੀਆਂ ਸਾਰਾ ਮੈਂ ਕਲੀਅਰ ਕਰ ਕੁਰ ਕੇ ਮੈਂ ਉਹਨੂੰ ਖੜਿਆਲ ਦਿੱਤਾ ਧਰਮਰਾਜ ਨੇ ਦਿੱਤਾ ਤੀ ਮੈਨੂੰ ਇਹਨਾਂ ਦਾ ਸਾਰਾ ਬਾਇਓਡਾਟਾ ਮੈਂ ਇਹਨੂੰ ਕੀ ਕਹਿਤਾ ਯਾਰ ਮੈਨੂੰ ਕਾਹਤੋਂ ਗਾਲਾਂ ਕੱਢਦਾ ਇਹ ਹੈਂ ਇਹ ਤਾਂ ਥੱਲੇ ਜਾ ਕੇ ਦੇਖਣਾ ਪਊਗਾ ਜੀ ਖੜਦੇ ਨੂੰ ਮੈਂ ਕਰਦਾ ਬਸ ਤੁਸੀਂ ਡਿਟੇਲ ਕੱਢੀ ਮਾੜਾ ਜਾ ਡਿਟੇਲਸ ਕੱਢ ਦੇ ਸਾਰੀ ਇਹਦਾ ਨਾਮ ਆ ਜੀ ਨਾਰ ਸਿਉਂ ਹਾਂ ਜ਼ਿਲ੍ਹਾ ਸੰਗਰੂਰ ਹਾਂ ਸੰਗਰੂਰ ਵਾਲੀ ਨੇ ਹਾਂ ਇਹਦਾ ਇੱਕ ਮੁੰਡਾ ਜੀ
मेनू दो दिन मेहमान है मरूगा कसर कुसर कोई नी है जी 100 साल उम्र मरदा कि साल उम्र डिटेल कहते वास्ते होंगी जी हूँ ब्याह माता ने यार ये खास ही लिख रखी उम्र ब्याह माता का भी पता ही नहीं लगता कि ज्यादा लिख दें कि घट लिख दें पर हूँ तू ए कुछ कर तू कि सबक सिखाई है हूँ मैं की हल करा जी है कि मैं गाला कट गया यार कोई महाराज एक स्कीम हैगी बंदा एक होर टोने आगे ठीक है बायोडाटा चेंज कर देंगे उम्र घट हुई तो थां ते इहनू मार देंगे जिंदा रख देंगे ऐ कर लेंगे तू हां केस ना खराब कर दी एडिटिंग ही करनी है जी बस नाम चक के उत्थे पाउणा गा होर कोई चक्कर नहीं जमा परवाह ना मन्नो जी मां बाप का नाम ही चेंज करना चल फिर करके देख कर बस दो दिन लगनगे दो दिन हुण बंदा भी तो लभना जी मैं आप ही काम सीखूंगा तेन हटाऊंगा मैं तेन आता है नहीं काम थोड़े तो बद आता चला बकवास ना मार सीधा हो तू मेरी गल सुनो हाँ जी ਇਹਦੇ ਨਾਮ ਨਾਲ ਦਾ ਪਹਿਲਾਂ ਬੰਦਾ ਲੱਭਾ ਐਂ ਤਾਂ ਮੈਨੂੰ ਆਉਂਦਾ ਮਾੜਾ ਮਾੜਾ ਕਿਤਾ ਲੱਭੀ ਮਾੜਾ ਜਾਂ ਨਾਰ ਸਿੰਘ ਕੋਈ ਹੋਰ ਦੇਖੀ ਸੰਗਰੂਰ ਜ਼ਿਲ੍ਹੇ 'ਚ ਹੀ ਦੇਖ ਲਈ ਨਹੀਂ ਫਿਰ ਉੱਧਰੋਂ ਜ਼ਿਆਦਾ ਸਿੰਘ ਜਦੋਂ ਹੁੰਦਾ ਨਾ ਕੰਮ ਔਖਾ ਹੋ ਜਾਂਦਾ ਗਾ ਫਿਰ ਫਾਦਰ ਨੇਮ ਤਾਂ ਨਹੀਂ ਸੇਮ ਹੋਣਾ ਜੀ ਫਾਦਰ ਨੇਮ ਤਾਂ ਨਹੀਂ ਹੈ ਫਾਦਰ ਨੇਮ ਨਹੀਂ ਫਾਦਰ ਨੇਮ ਤੇ ਮੇਰੀ ਗੱਲ ਸੁਣ ਫਾਦਰ ਇਹਦਾ ਚੱਕ ਕੱਢ ਕੇ ਸਰਟੀਫਿਕੇਟ ਪਿਕਸਾਰਟ 'ਚ ਐਡਿਟ ਕਰਦੀ ਯਾਰ ਉੱਪਰ ਪਹਿਲਾਂ ਚਿੱਟਾ ਪੜਦਾ ਰੱਖਦੀ ਚਿੱਟੇ ਪੜਦੇ ਤੇ ਨਾਮ ਉਹ ਕਰਕੇ ਇਹਦੇ ਬਾਪ ਦਾ ਲਿਖ ਕੇ ਸਬਮਿਟ ਕਰਕੇ ਫਾਈਲ ਠੀਕ ਹੈ ਸੇਵ ਕਰਕੇ ਫਾਈਲ ਇਹ ਤੋਂ ਬਾਅਦ ਇਹ ਬੰਦੇ ਦਾ ਟਾਈਮ 'ਚ ਕਹੋ ਯਾਰ ਐਂ ਦੀ ਬਿਨਾਂ ਗੱਲ ਤੋਂ ਮੈਨੂੰ ਗਾਲਾਂ ਕੱਢ ਗਿਆ ਇਹ ਠੀਕ ਹੈ ਜੀ ਠੀਕ ਆ ਨਹੀਂ ਕਰ ਉਹ ਪਰ ਬੰਦਾ ਤਾਂ ਲੱਭਣਾ ਪਊ ਮਹਾਰਾਜ ਲੱਭੋ ਮੈਂ ਜਨਮ ਦੇ ਨਹੀਂ ਆ ਗਿਆ ਲੱਭ ਜਾਣਾ ਬੰਦਾ ਲੱਭ ਯਾਰ ਤੂੰ ਬਕਵਾਸ ਨਾ ਮਾਰਿਆ ਕਰ ਚੰਗਾ ਕੱਲ ਚਾਹ ਠੰਡੀ ਹੋ ਗਈ ਪੀ ਲਈ ਹਜੇ ਤੱਕ ਨਹੀਂ ਆਇਆ ਵਿਕਰ ਫਿਰ ਕਹੂਗਾ ਲੇਟ ਕਰਾ ਤੇ ਉਧਰ ਨੂੰ ਅਗਲਾ ਬੰਦਾ ਵਗ ਜੂ ਫਿਰ ਕਰ ਲਈ ਕੀ ਕਰਦਾ ਪਰ ਫੜ ਕੇ ਬਿਆਨਾ ਜੀ ਯਾਰ ਆਉਂਦਾ ਉਹ ਬਾਲੀ ਟਾਈਮ ਲਾਇਆ ਆ ਯਾਰ ਉਹ ਚਾਚਾ ਬਹਾਨਾ ਲਾਉਣਾ ਪੈਂਦਾ ਤੈਨੂੰ ਵਿਕਰਾ ਉਹੀ ਗੱਲਾਂ ਤੇਰੀਆਂ ਕੱਚੀਆਂ ਯਾਰ ਲੰਬੜਾ ਹੀ ਪਾਸ ਮਾਰ ਅਗਲਾ ਬਗ ਜੂ ਤੈਨੂੰ ਕੀ ਪਤਾ 100 ਬਹਾਨੇ ਲਾ ਕੇ ਆਉਣੇ ਪੈਂਦੇ ਨਹੀਂ ਕਰੇ ਤੈਨੂੰ ਪਤਾ ਤਾਂ ਹੈਗਾ ਮੇਰੇ ਬਾਪੂ ਦਾ ਤੇਰੇ ਨਾਲ ਰਲ ਨਹੀਂ ਦਿੰਦਾ ਮੈਨੂੰ ਉਹ ਰਲਣ ਦੀ ਗੱਲ ਨਹੀਂ ਸੌਦਾ ਵਧੀਆ ਉਹਨਾਂ ਨੇ ਮੁੰਡਾ ਫੌਜ 'ਚ ਭੇਜਣਾ ਅੱਛਾ ਹਾਂ ਪੈਸੇ ਆਪਾਂ ਥੋੜ੍ਹੇ ਮੋਟੇ ਦੇ ਦਾਂਗੇ ਅਗਲੇ ਨੂੰ ਬਾਕੀ ਆਪਾਂ ਇੱਧਰ ਉੱਧਰ ਕਰਕੇ ਅਗਲੇ ਦਾ ਕਾਫਾ ਹੋ ਜੂਗਾ ਕਿਵੇਂ ਪਾ ਉਹ ਤਾਂ ਨਹੀਂ ਹੈਗਾ ਬੰਦਾ ਕੀ ਸਿਆਸਤੀ ਇਹਦੇ ਨਾਲ ਸਿਆਸਤੀ ਕਿਹੜੇ ਯਾਰ ਤੈਨੂੰ ਪਤਾ ਮੈਂ 20 ਸੌਦੇ ਕਰਾਤੇ ਇਹ ਜੇ ਉਹੀ ਮਰੀ ਜਾਂਦਾ ਰਹਿਣਾ ਚਾਚਾ ਦੇਖ ਕੇ ਚੱਲਿਆ ਕਰ ਇੱਕ ਤੂੰ ਹੱਥ ਵੀ ਵੱਡਾ ਮਾਰ ਲੈਣਾ ਉਹ ਕੁਛ ਨਹੀਂ ਹੁੰਦਾ ਤੂੰ ਮੇਰੇ ਜਿਹੇ ਕਮਾਉਣੇ ਨੇ 4 ਰੁਪਏ ਯਾਰ ਕਮਾਲਾ ਨਹੀਂ ਮੈਂ ਬੰਦਾ ਹੋਰ ਦੇਖ ਲੈਣ ਮੈਂ ਤੈਨੂੰ ਐ ਥੋੜਾ ਕਰਿਆ ਬੰਦਾ ਹੋਰ ਦੇਖ ਲੈ ਤਾਂ ਪੁੱਠਾ ਚੱਲ ਪਾਣਾ ਮੈਂ ਤੈਨੂੰ ਐ ਕਹੇ ਮੈਂ ਕਰਦਾ ਨਹੀਂ ਮੈਂ ਐ ਕਰਿਆ ਮੈਂ ਮੜਾ ਦੇਖ ਕੇ ਰੈਲਾ ਜਿਹਾ ਹੱਥ ਮਾਰਿਆ ਕਰ ਤਾਂ ਵੱਡਾ ਮਾਰ ਲੈਣਾ ਜਦੋਂ ਕੰਮ ਹੀ ਵੱਡਾ ਭਰਾ ਮਾਰ ਕੱਢ ਕੇ ਯਾਰ ਮਹੀਨੇ ਦੋ ਕੰਮ ਕਰਨ ਦੀ ਲੋੜ ਨਹੀਂ ਫਿਰ ਮੈਂ ਹੈਗਾ ਵੀ ਵਕੀਲ ਜਾਣਦੇ ਨੇ ਯਾਰ ਮੈਨੂੰ ਚਾਚਾ ਬੜੀ ਠੱਗੀ ਵੀ ਹਿਸਾਬ ਸਿਰ ਮਾਰੀ ਦਿੰਦੇ ਆ ਲੈਣੇ ਦੇਣੇ ਪੈ ਜਾਂਦੇ ਨੇ ਕਦੇ ਕਦੇ ਤੂੰ ਤਾਂ ਦੂਏ ਤੀਜੇ ਦਿਨ ਚੱਲ ਪਾਉਣਾ ਯਾਰ ਨਾ ਮੈਂ ਜਵਾਬ ਦੇਣ ਜੋਗਾ ਤੈਨੂੰ ਚਲੋ ਮਹੀਨੇ 'ਚ ਇੱਕ ਅੱਧੀ ਵਾਰ ਹੋ ਜਾਂਦਾ ਉਹ ਕੋਈ ਲਾ ਦਾਂਗੇ ਕੇਸ ਆ ਫਿਰ ਕੀ ਹੋ ਗਿਆ ਯਾਰ ਜਿੰਨੇ ਕਮਾਏ ਨੇ ਉਹਨੇ ਉੱਤੇ ਲਾਉਣੇ ਪੈਣੇ ਐ ਕਿਵੇਂ ਲਾਉਣੇ ਪੈ ਜਾਣਗੇ ਉੱਤੇ ਆਪਦੇ ਬੰਦੇ ਨੇ ਉੱਥੇ ਦੋ ਕਿਹੜੇ ਪਿੰਡ ਹੁਣ ਹੈ ਕਿਹੜੇ ਪਿੰਡ ਆਪਾਂ ਇੱਥੇ ਚੱਲ ਕੇ ਆਉਣਾਗਾ ਸਾਜ ਲਈ ਨਾਲੇ ਤੈਨੂੰ ਮੈਂ ਆਖਿਆ ਸੀ ਉਹਨਾਂ ਦੇ ਉਹ ਜਿਹੜੀ ਆਪਣੇ ਇਹਨਾਂ ਨੂੰ ਸਿੰਦਰ ਕਹਿਣ ਨੂੰ ਮੈਂ ਮੈਸ ਦਵਾਈ ਸੀ ਉਹ ਚ ਤੂੰ 20,000 ਰੁਪਇਆ ਖਾ ਗਿਆ ਇੱਕ ਮੈਸ ਬਿਮਾਰ ਗਰੀਬ ਬੰਦੇ ਨੇ ਜਮੀ ਮਰ ਗਈ ਮੈਸ ਉਹ ਉਹਨਾਂ ਨੂੰ ਕਿੰਨਾ ਘਾਟਾ ਪਿਆ ਹੁਣ ਮੈਂ ਤਾਂ ਨਹੀਂ ਮਾਰੀ ਅਗਲੇ ਦੀ ਰੱਖਾ ਫੁੱਟੇ ਨਾ ਲਵੇ ਉਹ ਚਾਚਾ ਐ ਨਹੀਂ ਵੀ ਗਰੀਬ ਗਰਬ ਵਿੰਡ ਦਾ ਛੱਡਿਆ ਕਰ ਤੂੰ ਹਣਾ ਫਿਰ ਤੂੰ ਮੇਰੇ ਤੇ ਓਏ ਠੱਗੀ ਦਾ ਠੱਗੀ ਹੋਇਆ ਗਰੀਬ ਨਾਲ ਲਾ ਦੇ ਅਮੀਰ ਨਾਲ ਲਾ ਦੇ ਹੈ ਠੱਗੀ ਦਾ ਠੱਗੀ ਬੱਚੂ ਚਲ ਫਿਰ ਆਪਾਂ ਤਾਂ ਭਈ ਸਾਫ ਕਹਿਣਾ ਮੈਨੂੰ ਤਾਂ ਜਿੱਦੇ ਦੇਖਣ ਵਾਲੇ ਆਈ ਤੀ ਮੈਂ ਤਾਂ ਉਹਦੇ ਕਹਿੰਦੇ ਕੰਮ ਕੀ ਕਰਦਾ ਮੈਂ ਭਈ ਠੱਗੀ ਮਾਰਦਾ ਹਾਂ ਕਹਿੰਦੇ ਸਾਡੀ ਕੁੜੀ ਨੂੰ ਕੀ ਖਵਾਏਗਾ ਮਹਾ ਜਿੰਨੇ ਪੈਸਾ ਆਇਆ ਇਹਨੇ ਖਵਾ ਲਿਆ ਕਰੋ ਨਹੀਂ ਗੁਰਦੁਆਰੇ ਵਗ ਜਾ ਕੇ ਚਲਾ ਜਾ ਲੌਂਗੋਵਾਲ ਚ ਰਹਿੰਦਾ ਗਾ ਜ਼ਿਲ੍ਹੇ ਸੰਗਰੂਰ ਚ ਅੱਛਾ ਹਾਂਜੀ ਇਹਦੀ ਉਮਰ ਹੈਗੀ ਅੱਧਾ ਘੰਟਾ ਰਹਿ ਗਈ ਆਪਣੇ ਐਡੀਟਿੰਗ ਵਗੈਰਾ ਸਾਰੀ ਕਰਤੀ ਇਹਦੀ ਉਮਰ ਚੱਕ ਕੇ ਆਪਾਂ ਉਹ ਚ ਪਾਤੀ ਉਹਦੀ ਉਮਰ ਚੱਕ ਕੇ ਇਹ ਚ ਪਾਤੀ ਇਹ ਹੁਣ ਜਾਊਗਾ ਉਹ ਮਰ ਜੂਗਾ ਤੁਹਾਡੇ ਵਾਲਾ ਬੰਦਾ ਜਿਹੜਾ ਤੁਹਾਨੂੰ ਗਾਲਾਂ ਕੱਢਦਾ ਸੀਗਾ ਉਹ ਬੰਦਾ ਭੜੁੱਕਿਆ ਜਾਊਗਾ ਬਸ ਅੱਧੇ ਘੰਟੇ ਅੱਛਾ ਮਰ ਜੂਗਾ ਬਸ ਤੂੰ ਐਂ ਕਰੇ ਲੌਂਗੋਵਾਲੇ ਨੂੰ ਤਾਂ ਜਾਣ ਦੇ ਠੀਕ ਆ ਇਹਨੂੰ ਦੇਖਣ ਦੇ ਸਲੈਟ ਸੂਟ ਉਹਨੂੰ ਬੁਲਾਓ ਮੇਰੇ ਸਰ ਦੇ ਉੱਪਰ ਬੰਨ ਕੇ ਨੂੜ ਕੇ ਕੁੱਟਾਂਗੇ ਮੇਰੇ ਸਾਹ ਦਾ ਗਾਲਾਂ ਕੱਢਦਾ ਤੀਗਾ ਮੈਂ ਅੱਛਾ ਬੁਲਾ ਤਾਂ ਲੈਂਦੇ ਜੀ ਐਂਟਰ ਦੱਬੋ ਹੈ
घबराहट जी हुई जाती है चल हौली चली डर जा लगता।